ਜਾਪ ਵੈਦਰਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲੇਟਨ ਤੇ ਗੱਲਬਾਤ ਕਰਦੇ ਹਾਂ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਬਾਦਿਆ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਅਹਿਮ ਖਬਰਾਂ ਭਲਕੇ 12:00 ਤੋਂ ਅਣਮੀ ਉੱਥੇ ਸਮੇਂ ਤੱਕ ਬਸੰਦਾ ਰਵੇਗਾ ਚੱਕਾ ਜਾਮ ਜਾਣੂ ਵਜਾ ਜੀहां ਦੋਸਤੋ ਤਨਖਾਹ ਨਾ ਮਿਲਣ ਕਾਰਨ ਪਰੇਸ਼ਾਨ ਚੱਲ ਰਹੇ ਰੂੜਵੇਜ ਪਨਵਸ ਅਤੇ ਪੀਆਰਟੀਸੀ ਕਰਮਚਾਰੀਆਂ ਦੇ ਵੱਲੋਂ ਮੰਗਲਵਾਰ ਸ਼ਾਮੀ ਬੱਸ ਅੱਡੇ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਦੇ ਹੋਏ ਬਸਾਂ ਦਾ ਚੱਕਾ ਜਾਮ ਕੀਤਾ ਗਿਆ ਜਿਸ ਦੇ ਨਾਲ ਸਰਕਾਰੀ ਬਸਾਂ ਦੇ 500 ਤੋਂ ਵੱਧ ਦਾ ਕਾਊਂਟਰ ਟਾਈਮ ਮੈਸ ਹੋਇਆ ਤੇ ਮਹਿਕਮੇ ਨੂੰ ਲੱਖਾਂ ਰੁਪਏ ਦਾ 트ਾਂਜੈਕਸ਼ਨ ਲਾਸ ਚੱਲਣਾ ਪਿਆ ਇੱਥੇ ਦੱਸਣਯੋਗ ਹੈ ਕਿ ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬਸਾਂ ਦਾ ਚੱਕਾ ਜਾਮ ਰਹੇਗਾ ਤੁਹਾਨੂੰ ਦੱਸਦੇ ਵਿਪਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇ ਵਾਲਾ ਅਤੇ ਬਲਵਿੰਦਰ ਸਿੰਘ ਰਾਠ ਗੁਰਪ੍ਰੀਤ ਸਿੰਘ ਪੁਲਰਾਤੇ ਸਾਤਪਾਲ ਸਿੰਘ ਨੇ ਕਿਹਾ ਕਿ 23 ਜੂਨ ਨੂੰ ਦੁਪਹਿਰ 12 ਵਜੇ ਤੱਕ ਉਹਨਾਂ ਦੇ ਖਾਤਿਆਂ ਵਿੱਚ ਤਨਖਾਹ ਨਾ ਆਈ ਤਾਂ ਉਹ ਪੰਜਾਬ ਦੇ ਵਿੱਚ ਚੱਲ ਰਹੀਆਂ 3200 ਦੇ ਲਗਭਗ ਸਰਕਾਰੀ ਬਸਾਂ ਦਾ ਚੱਕਾ ਜਾਮ ਕਰ ਦੇਣਗੇ ਤੇ ਇਸ ਦਰਾਂ ਯਾਤਰੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਦੇ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ ਤੇ ਬੁਲਾਰਿਆਂ ਨੇ ਕਿਹਾ ਕਿ 12 ਵਜੇ ਤੋਂ ਸ਼ੁਰੂ ਹੋਣ ਵਾਲੀ ਆਣ ਮੇਤੇ ਸਮੇਂ ਤੱਕ ਦੀ ਹੜਤਾਲ ਦੇ ਦੌਰਾਨ ਟ੍ਰਾਂਸਪੋਰਟ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਰਾਓ ਕੀਤਾ ਜਾਵੇਗਾ ਤੇ ਬੀਤੇ ਦਿਨ ਪ੍ਰਦਰਸ਼ਨ ਦੇ ਦੌਰਾਨ ਡੀਪੂ 1 ਅਤੇ 2 ਦੇ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਦੀਆਂ ਸਾਰੀਆਂ ਪੈਂਡਿੰਗ ਮੰਗਾਂ ਨੂੰ ਪੂਰਾ ਕਰੇ ਇਸ ਤਰੀਕ ਤੋਂ ਪਹਿਲਾਂ ਪੈਨ ਨੂੰ ਆਧਾਰ ਦੇ ਨਾਲ ਕਰੋ ਲਿੰਕਾ ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ ਜੀ ਹਾਂ ਦੋਸਤੋ ਕੀ ਤੁਸੀਂ ਹੁਣ ਤੱਕ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਦੇ ਨਾਲ ਲਿੰਕ ਕੀਤਾ ਹੈ ਜਾਂ ਨਹੀਂ ਜੇਕਰ ਨਹੀਂ ਕੀਤਾ ਹੈ ਤਾਂ 1 ਅਮਤੀ ਜੂਨ 2022 ਤੋਂ ਪਹਿਲਾ ਕਰ ਲਵੋ ਕਿਉਂਕਿ 30 ਜੂਨ ਤੋਂ ਬਾਅਦ ਆਧਾਰ ਪੈਨ ਲੈਂਕਾ ਕਰਨ ਦੇ ਲਈ ਦੁੱਗਣਾ ਜੁਰਮਾਨਾ ਭਰਨਾ ਪਵੇਗਾ ਦਰਸਲ 1 April 2022 ਤੋਂ ਆਧਾਰ ਨੂੰ ਪੈਨ ਨੰਬਰ ਦੇ ਨਾਲ ਲੈਂਕਾ ਕਰਨ ਤੇ 500 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ 30 ਜੂਨ 2022 ਤੱਕ ਲੈਂਕਾ ਨਹੀਂ ਕਰ ਦਿੱਤਾ ਤੁਹਾਨੂੰ 1 ਜੁਲਾਈ ਤੋਂ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਗੁਜਰਾਤ ਤੋਂ ਗ੍ਰਿਫਤਾਰ ਦੋ ਸ਼ੂਟਰਾਂ ਨੂੰ ਪੰਜਾਬ ਲਿਆਉਣ ਦੀ ਤਿਆਰੀ ਤਾ ਦੋਸਤੋ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਦਿੱਲੀ ਪੁਲਿਸ ਦੇ ਬਲੂ ਗ੍ਰਿਫਤਾਰ ਕੀਤੇ ਗਏ ਦੋ ਸ਼ੂਟਰਾਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਮਾਨਸਾ ਲਿਆਉਣ ਦੀ ਤਿਆਰੀ ਕਰੀ ਹੈ ਤੇ ਪੁਲਿਸ ਹੁਣ ਇਹਨਾਂ ਦੋਵਾਂ ਸ਼ੂਟਰਾਂ ਨੂੰ ਪੰਜਾਬ ਲਿਆਉਣ ਦੇ ਲਈ ਅਦਾਲਤ ਦਾ ਰੁਖ ਕਰੇਗੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਪੰਜਾਬ ਪੁਲਿਸ ਨੂੰ ਨਾਮੋਸ਼ੀਰਾਂ ਸਾਹਮਣਾ ਕਰਨਾ ਪਿਆ ਕਿਉਂਕਿ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੀ ਜਾਂਚ ਦੇ ਵਿੱਚ ਦਖਲ ਦਿੱਤੇ ਬਿਨਾ ਦੋਸ਼ੀਨੋ ਗੁਜਰਾਤ ਦੇ ਮੁਦਰਾ ਬੰਦਰਗਾਹ ਦੇ ਨੇੜੇ ਗ੍ਰਿਫਤਾਰ ਕਰ ਲਿਆ ਤੇ ਦਿੱਲੀ ਪੁਲਿਸ ਨੇ ਮਾਨਸਾ ਦੇ ਵਿੱਚ ਉਸ ਥਾਂ ਦਾ ਮੌਇਨਾ ਵੀ ਨਹੀਂ ਕੀਤਾ ਜਿੱਥੇ ਮੂਸੇਬਾਲਾ ਦਾ ਕਤਲ ਹੋਇਆ ਸੀ ਤੇ ਐਦੇ ਬਾਵਜੂਦਾਂ ਦਿੱਲੀ ਪੁਲਿਸ ਨੇ ਨਾ ਸਿਰਫ ਪਹਿਲਾ ਸ਼ੂਟਰਾਂ ਨਹੀਂ ਪਛਾਣ ਕੀਤੀ ਸਗੋਂ ਦੋ ਸ਼ੂਟਰਾਂ ਨੂੰ ਭਾਰੀ ਮਾਤਰਾ ਦੇ ਵਿੱਚ ਹਥਿਆਰਾਂ ਦੇ ਸਮੇਤ ਗ੍ਰਿਫਤਾਰ ਵੀ ਕੀਤਾ ਫਸ ਸਕਦੀ ਹੈ ਅਗਲੀ ਕੈਸ ਤਾਂ ਅੱਜ ਹੀ ਕਰੋ ਇਹ ਕੰਮ ਤਾਂ ਦੋਸਤੋ 31 ਮਈ ਨੂੰ ਮੋਦੀ ਸਰਕਾਰ ਨੇ ਕਿਸਾਨਾਂ ਨੂੰ 2000 ਰੁਪਏ ਦੀ 11ਵੀਂ ਕੈਸ ਦਾ ਟਰਾਂਸਫਰ ਕਰ ਦਿੱਤੇ ਸੀ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਐਦਾ ਫਾਇਦਾ ਵੀ ਹੋਇਆ ਸੀ ਪਰ ਹੁਣ ਕਿਸਾਨ ਅਗਲੀ ਭਾਗ 12ਵੀਂ ਕੈਸ਼ਟ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਜੇਕਰ ਜੋ ਹੈ ਕਿ ਸਰਕਾਰ ਦੇ ਵੱਲੋਂ 2-2000 ਰੁਪਏ ਦੀਆਂ ਤਿੰਨ ਕੈਸ਼ਟਾਂ ਦੇ ਰਾਹੀਂ ਦਿੱਤਾ ਗਿਆ ਪੈਸਾ ਕਿਸਾਨਾਂ ਦੀ ਕਾਫੀ ਮਦਦ ਕਰਦਾ ਹੈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਹਰ 4 ਮਹੀਨਿਆਂ ਦੇ ਅੰਤਰਾਲ ਤੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ 2000 ਰੁਪਏ ਭੇਜੇ ਜਾਂਦੇ ਹਨ 12ਵੀਂ ਕੈਸ਼ਟ ਦੇ ਪੈਸੇ ਜੁਲਾਈ ਤੋਂ ਸਤੰਬਰ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਜਾ ਸਕਦੇ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਸਤੰਬਰ ਦੇ ਆਖਰੀ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਤੋਹਫਾ ਮਿਲ ਸਕਦਾ ਹੈ ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਹੋ ਤਾਂ ਤੁਹਾਡੇ ਲਈ ਈ ਕੇ ਬੀ ਆਈ ਸੀ ਕਰਵਾਉਣਾ ਲਾਜ਼ਮੀ ਹੈ ਜੇਕਰ ਤੁਸੀਂ ਈ ਕੇ ਬੀ ਆਈ ਸੀ ਨਹੀਂ ਕਰਵਾਉਂਦੇ ਹੋ ਤਾਂ ਤੁਸੀਂ ਅਗਲੀ ਕੈਸਟ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਹੋ ਅਜੇ ਹੇ ਦੇ ਵਿੱਚ ਕਰੋੜਾ ਕਿਸਾਨਾਂ ਨੂੰ ਤੁਰੰਤ ਈ ਕੇ ਬੀ ਆਈ ਸੀ ਕਰਵਾਉਣਾ ਚਾਹੀਦਾ ਤੇ ਇਸ ਦੀ ਆਖਰੀ ਮਿਤੀ 31 ਜੁਲਾਈ ਹੈ ਅਜੇ ਹੇ ਦੇ ਵਿੱਚ ਕਰੋੜਾ ਕਿਸਾਨਾਂ ਨੂੰ ਤੁਰੰਤ ਈ ਕੇ ਬੀ ਆਈ ਸੀ ਕਰਵਾਉਣੀ ਚਾਹੀਦੀ ਹੈ ਤੇ ਇਸ ਦੀ ਆਖਰੀ ਮਿਤੀ ਅਕਤੂਬਰ ਜਲਾਈ ਅਤੇ ਕਿਨ ਸਰਕਾਰ ਨੇ ਹਾਲ ਹੀ ਦੇ ਵਿੱਚ ਈਕੇਵਾਈਸੀ ਦੀ ਤਰੀਕ 31 ਜੁਲਾਈ ਤੱਕ ਵਧਾ ਦਿੱਤੀ ਸੀ ਆਰਬੀਆਈ ਨੇ 1 ਅਕਤੂਬਰ ਤੱਕ ਵਿਦਾਈ ਕ੍ਰੈਡਿਟ ਕਾਰਡਾਂ ਦੇ ਲਈ ਨਵੀਂ ਗਾਈਡਲਾਈਨ ਲਾਗੂ ਕਰਨ ਦੀ ਸਮਾਂ ਸੀਮਾ ਜੀ ਹਾਂ ਦੋਸਤੋ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਧਾਰਕਾਂ ਦਾ ਧਿਆਨ ਰੱਖੋ ਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਕ੍ਰੈਡਿਟ ਕਾਰਡ ਜਾਰੀ ਕਰਨ ਦੇ ਨਾਲ ਸੰਬੰਧਿਤ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਸਮਾਂ ਸੀਮਾ 1 ਅਕਤੂਬਰ ਤੱਕ ਵਧਾ ਦਿੱਤੀ ਹੈ ਤੇ ਇਸ ਤੋਂ ਪਹਿਲਾਂ ਆਰਬੀਆਈ ਨੇ 1 ਜੁਲਾਈ ਦੀ ਸਮਾਂ ਸੀਮਾ ਤੈਅ ਕੀਤੀ ਸੀ ਤੇ ਆਰਬੀਆਈ ਨੇ ਕਈ ਮਾਤਪੂਰਨ ਵੀ ਬੁਧਾ ਰਤੀ ਹੈ ਆਰਬੀ ਦੇ ਅਪਡੇਟ ਦੇ ਅਨੁਸਾਰ ਜੇਕਰ ਗਾਹਕ ਜਾਰੀ ਹੁਣ ਦੇ 30 ਦਿਨ ਦੇ ਅੰਦਰ ਕ੍ਰੈਡਿਟ ਕਾਰਡ ਨੂੰ ਐਕਟੀਵੇਟ ਨਹੀਂ ਕਰਦਾ ਤਾਂ ਬੈਂਕਾਂ ਜਾਂ ਕਾਰਡ ਜਾਰੀ ਕਰਤਾਵਾਂ ਨੂੰ ਕਾਰਡ ਨੂੰ ਐਕਟੀਵੇਟ ਕਰਨ ਦੇ ਲਈ ਆਪ ਭੋਗਤਾ ਤੋਂ ਵਨ ਟਾਈਮ ਪਾਸਵਰਡ ਲੈਣਾ ਹੋਵੇਗਾ ਤੇ ਜੇਕਰ ਗਾਹਕ ਕਾਰਡ ਨੂੰ ਐਕਟੀਵੇਟ ਕਰਨ ਦੇ ਲਈ ਸਹਿਮਤੀ ਨਹੀਂ ਦਿੰਦਾ ਤਾਂ ਜਾਰੀ ਕਰਤਾ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ ਸੱਤ ਕਮ ਕਾਜੀ ਦਿਨਾਂ ਦੇ ਅੰਦਰ ਕਾਰਡ ਨੂੰ ਬੰਦ ਕਰਨਾ ਚਾਹੀਦਾ ਹੈ ਪੰਜਾਬ ਦੇ ਵੱਲੋਂ ਕੇਂਦਰ ਨੂੰ 2900 ਕਰੋੜ ਰੁਪਏ ਦੇ ਬਕਾਇਆ ਭੁਗਤਾਨ ਜਲਦ ਜਾਰੀ ਕਰਨ ਦੀ ਮੰਗ ਤਾਂ ਦੋਸਤੋ ਪੰਜਾਬ ਸਰਕਾਰ ਨੇ ਕੇਂਦਰ ਤੋਂ ਅਨਾਜ ਦੀ ਖਰੀਦ ਦਾ ਦੇ ਲਈ 2900 ਕਰੋੜ ਰੁਪਏ ਦੇ ਬਕਾਇਆ ਤੇ ਬਕਾਇਆ ਭੁਗਤਾਨ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਕੀਤੀ ਹੈ ਤੇ ਇਹ ਮੰਗ ਉਹ ਸੂਬਾ ਸਰਕਾਰ ਨੇ ਕੇਂਦਰ ਦੇ ਖੁਰਾਕ ਅਤੇ ਜੰਤਕ ਵੰਡ ਵਿਭਾਗ ਦੇ ਸਕਤਰ ਸੁਧਾਂਸੂ ਪਾਂਡੇ ਦੇ ਨਾਲ ਇੱਥੇ ਕੋਈ ਮੀਟਿੰਗ ਦੇ ਦੌਰਾਨ ਰੱਖੀ ਹੈ ਬਕਾਇਆ ਵਸੂਲੀ ਦੇ ਵਿੱਚ ਪਿਛਲੇ ਦੋ ਸੀਜ਼ਨਾਂ ਦੇ ਕੁੱਲ ਕਰੀਦਾ ਖਰਚਿਆਂ ਦਾ 3% ਪਿੰਡੂ ਵਿਕਾਸ ਫੰਡ ਸ਼ਾਮਲ ਹੈ ਸੁਧਾਂਸੂ ਪਾਂਡੇ 2 ਦਿਨਾਂ ਦੇ ਦੌਰੇ ਤੇ ਹਾਂ ਤੇ ਉਹ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਪਹੁੰਚੇ ਸਨ ਤੇ ਪਾਂਡੇ ਨੇ ਐਤਵਾਰ ਨੂੰ ਨਵਾਂ ਸ਼ਹਿਰ ਤੇ ਜਲੰਧਰ ਜ਼ਿਲ੍ਹਿਆਂ ਦਾ ਵੀ ਦੌਰਾ ਕੀਤਾ ਸਖਤਰ ਸੁਧਾਂਸੂ ਪਾਂਡੇ ਦੇ ਵੱਲੋਂ ਸੁਭਾ ਸਰਕਾਰ ਦੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਕੇਂਦਰੀ ਖੁਰਾਕ ਅਤੇ ਜੰਤਕ ਭੰਡ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫਰੈਂਸਿੰਗ ਦੇ ਰਹੀ ਆਉਣ ਵਾਲੀ ਮੀਟਿੰਗ ਦੇ ਵਿੱਚ ਉਹ ਮੁੱਦਿਆਂ ਨੂੰ ਚੁੱਕਣਗੇ ਬੈਂਕ ਕਮਲਾਜਮਾਂ ਦੇ ਵੱਲੋਂ ਹੜਤਾਲ ਦਾ ਐਲਾਨ ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ ਜਿਵੇਂ ਦੋਸਤੋ ਹੱਕੀ ਮੰਗਾ ਨਾ ਮੰਨੇ ਜਾਣ ਦੇ ਸਬੰਧ ਦੇ ਵਿੱਚ ਬੈਂਕ ਕਮਲਾਜਮਾਂ ਨੇ ਹੜਤਾਲ ਦਾ ਐਲਾਨ ਕੀਤਾ ਤੇ ਮਲਾਜਮਾਂ ਦੀ ਇਹ ਹੜਤਾਲ 27 ਜੂਨ ਨੂੰ ਹੋਵੇਗੀ ਤੇ ਜਿਹੜੇ ਦਿਨੋਂ ਸੋਮਵਾਰ ਹੈ ਤੇ ਇਹਦੇ ਚੱਲਦੇ ਹੀ ਲਗਾਤਾਰ 3 ਦਿਨ ਸਾਰੇ ਬੈਂਕ ਬੰਦ ਰਹਿਣਗੇ ਕਿਉਂਕਿ ਇਸ ਤੋਂ ਪਹਿਲਾਂ 25 ਅਤੇ 26 ਜੂਨ ਨੂੰ ਸ਼ਨੀਵਾਰ ਅਤੇ ਐਤਵਾਰ ਹੋਣ ਦੇ ਕਾਰਨ ਛੁੱਟੀ ਹੋਵੇਗੀ ਦੱਸ ਦਈਏ ਕਿ ਮਲਾਜਮਾਂ ਦੇ ਵੱਲੋਂ ਹਫਤੇ ਦੇ ਵਿੱਚ 5 ਦਿਨ ਕੰਮ ਕਰਨ ਦੀ ਮੰਗ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਸਰਕਾਰ ਦੇ ਵੱਲੋਂ ਇਹਦਾ ਹੱਲ ਨਹੀਂ ਕੱਢਿਆ ਗਿਆ ਤੇ ਇਸ ਕਾਰਨ ਬਖਬਖਾ ਥਾਮਾਂ ਦੇ ਬੈਂਕ ਕਰਮਚਾਰੀਆਂ ਦੇ ਵੱਲੋਂ ਧਾਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਣ ਜੋਗ ਹੈ ਕਿ ਬੈਂਕ ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮਾਂ ਲਾਗੂ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ 27 ਜੂਨ ਨੂੰ ਹੜਤਾਲ ਕਰਨਗੇ ਪੰਜਾਬ ਦੇ ਸਾਬਕਾ ਮੰਤਰੀ ਆਸ਼ੂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ ਅਗਾਹੂ ਜਮਾਨਤ ਪਟੀਸ਼ਨ ਤੇ ਸੁਣਵਾਈ 6 ਜੁਲਾਈ ਤੱਕ ਮੁਲਤਵੀ ਯਾ ਦੋਸਤੋ ਭ੍ਰਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਵੀ ਰਾਹਤ ਨਹੀਂ ਮਿਲ ਸਕੇ ਇੱਕ ਘੰਟੇ ਤੋਂ ਬਾਅਦ ਸਮੇਂ ਤੱਕ ਚੱਲੀ ਬਹਿਸ ਤੋਂ ਬਾਅਦ ਛੁੱਟੀ ਵਾਲੇ ਵੈਚ ਨੇ ਪਟੀਸ਼ਨਰ ਦੇ ਵਕੀਲ ਨੂੰ ਮਾਮਲੇ ਦੇ ਵਿੱਚ ਕੁਝ ਵਾਧੂ ਦਸਤਾਵੇਜ਼ ਰਿਕਾਰਡ ਵਿੱਚ ਰੱਖਣ ਦਾ ਹੁਕਮ ਦਿੰਦੇ ਹੋਏ ਬਿਨਾ ਕੋਈ ਨੋਟਿਸ ਜਾਰੀ ਕੀਤੇ ਸੁਨਵਾਈ 6 ਜੁਲਾਈ ਤੱਕ ਮੁਲਤਵੀ ਕਰ ਦਿੱਤੇ ਸਰਕਾਰੀ ਕਰਮਚਾਰੀਆਂ ਨੂੰ ਜਲਦ ਮਿਲ ਸਕਦੀ ਹੈ ਵੱਡੀ ਸੁਗਾਤ ਵਧੇਗੀ ਰਿਟਾਇਰਮੈਂਟ ਦੀ ਉਮਰ ਅਤੇ ਪੈਨਸ਼ਨ ਦੀ ਰਕਮ ਸਰਕਾਰ ਨੂੰ ਭੇਜਿਆ ਪ੍ਰਸਤਾਵ ਤਾਂ ਦੋਸਤੋ ਕੇਂਦਰ ਦੀ ਮੋਦੀ ਸਰਕਾਰ ਜਲਦ ਹੀ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ ਦਰਸਲ ਮੋਦੀ ਸਰਕਾਰ ਕਰਮਚਾਰੀਆਂ ਦੀ ਪੈਨਸ਼ਨ ਰਾਸ਼ੀ ਅਤੇ ਸੇਵਾਮੁਕਤੀ ਦੀ ਉਮਰ ਬਧਾਉਣ ਤੇ ਪ੍ਰਸਤਾਵ ਤੇ ਵਿਚਾਰ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਸਤਾਵ ਆਰਥਿਕ ਸਲਾਹਕਾਰ ਕਮੇਟੀ ਨੇ ਸਰਕਾਰ ਨੂੰ ਭੇਜਿਆ ਤੇ ਜਿਸ ਤੋਂ ਬਾਅਦ ਸਰਕਾਰ ਇਸ ਤੇ ਮੋਹਰ ਲਗਾ ਸਕਦੀ ਹੈ ਐਸ ਪ੍ਰਸਤਾਵ ਦੇ ਵਿੱਚ ਪੈਨਸ਼ਨ ਦੇ ਸਬੰਧੀ ਸੁਝਾਅ ਦਿੱਤਾ ਗਿਆ ਹੈ ਕਿ ਸੇਵਾਮੁਕਤੀ ਦੀ ਉਮਰ ਬਧਾਉਣ ਦੇ ਨਾਲ ਨਾਲ ਯੂਨੀਵਰਸਲ ਪੈਨਸ਼ਨ ਪ੍ਰਣਾਲੀ ਵੀ ਸ਼ੁਰੂ ਕੀਤੀ ਜਾਵੇ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਇਸ ਸੁਝਾਅ ਦੇ ਤਹਿਤ ਮਲਾਜਮਾਂ ਨੂੰ ਹਰ ਮਹੀਨੇ ਘੱਟੋ-ਘੱਟ 2000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਆਰਥਿਕ ਸਲਾਹਕਾਰ ਕਮੇਟੀ ਦੇ ਦੇਸ਼ ਦੇ ਵਿੱਚ ਸੀਨੀਅਰ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਬਿਹਤਰ ਪ੍ਰਬੰਧਾਂ ਦੀ ਸਿਫਾਰਸ਼ ਵੀ ਕੀਤੀ ਹੈ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕ ਨਹੀਂ ਜਾ ਸਕਣਗੇ ਵਿਦੇਸ਼ ਯਾ ਦੋਸਤੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰ ਦੇ ਅਨੁਸਾਰ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਲਈ ਨਵੇਂ ਹੁਕਮ ਜਾਰੀ ਕੀਤੇ ਹਨ ਦੱਸਿਆ ਜਾ ਰਿਹਾ ਹੈ ਕਿ ਹੁਣ ਅਧਿਆਪਕ ਸਕੂਲ ਛੱਡ ਕੇ ਵਿਦੇਸ਼ ਨਹੀਂ ਜਾ ਸਕਦੇ ਉਹਨਾਂ ਨੂੰ ਸਕੂਲ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਪੜ੍ਹਾਉਣਾ ਹੋਵੇਗਾ ਤੇ ਇਸ ਵਿੱਚ ਕਿਹਾ ਗਿਆ ਕਿ ਜਦੋਂ ਸਕੂਲਾਂ ਦੇ ਵਿੱਚ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਹੁਣ ਤਾਂ ਹੀ ਉਹ ਵਿਦੇਸ਼ ਦੇ ਲਈ ਛੁੱਟੀ ਅਪਲਾਈ ਕਰ ਸਕਦੇ ਹਨ ਤੇ ਸਿੱਖਿਆ ਵਿਭਾਗ ਨੇ ਇਹ ਫੈਸਲਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲਿਆ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਸਕਦਾ ਹੈ ਇੱਕ ਹੋਰ ਵੱਡਾ ਧਮਾਕਾ ਬਹੁ ਕਰੋੜੀ ਕਟਾਲੇ ਸਿੰਚਾਈ ਦੀਆਂ ਖੁੱਲਣਗੀਆਂ ਪਰ ਤਾਂ ਜਿਵੇਂ ਦੋਸਤੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਧਮਾਕਾ ਹੋ ਸਕਦਾ ਹੈ ਹੁਣ ਅਕਾਲੀ ਭਾਈਪਾਲ ਸਰਕਾਰ ਦੇ ਬਲੇ ਚਰਚਾ ਦੇ ਵਿੱਚ ਆਏ ਸਿੰਚਾਈ ਵਿਭਾਗ ਦੇ ਬਹੁ ਕਰੋੜੀ ਕਟਾਲੇ ਦੀਆਂ ਪਰ ਤਾਂ ਖੁੱਲ ਸਕਦੀਆਂ ਹਨ ਤੇ ਇਸ ਮਾਲਵੇ ਦੇ ਵਿੱਚ ਕਈ ਸੇਵਾਮੁਕਤ ਅਤੇ ਮੌਜੂਦਾ ਸੀਨੀਅਰ ਅਫਸਰਾਂ ਤੇ ਸਿਆਸੀ ਲੀਡਰ ਕਰ ਸਕਦੇ ਹਨ ਤੇ ਸੂਤਰਾਂ ਦੇ ਮੁਤਾਬਕ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੇ ਬੱਚੇ ਕਾਰਵਾਈ ਦੇ ਲਈ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ ਆਪ ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਹੋਈਆਂ ਸਾਰੀਆਂ ਬੇਨਿਯਮੀਆਂ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀ ਅਤੇ ਸਿਆਸੀ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਇਹ ਮਾਮਲਾ ਠੰਡੇ ਵਾਸਤੇ ਵਿੱਚ ਹੀ ਪਿਆ ਰਿਹਾ ਤੇ ਹੁਣ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਦੇ ਮਗਰੋਂ ਚਰਚਾ ਹੈ ਕਿ ਇਸ ਕੇਸ ਦੇ ਵਿੱਚ ਅੱਗੇ ਦੀ ਕਾਰਵਾਈ ਹੋਵੇਗੀ ਐਕਸ਼ਨ ਮੋਡ ਦੇ ਵਿੱਚ ਆਪ ਵਿਧਾਇਕ ਦਿਆਲਪੁਰ 15000 ਰੁਪਏ ਰੈਸ਼ਬਤ ਲੈਂਦਿਆਂ ਕਾਨੂੰਗੂ ਰੰਗੇ ਹਤੀ ਕੀਤਾ ਕਾਬੂ ਤਾਂ ਦੋਸਤੋ 마ਸੀਬੜਾ ਸਾਬੋ तहसील ਦੇ ਵਿੱਚ ਤਾਇਨਾਤ ਕਾਨੂੰਗੂ ਬਲਜੀਤ ਸਿੰਘ ਨੂੰ ਅੱਜ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ 15000 ਰੁਪਏ ਦੇ ਰੈਸ਼ਬਤ ਲੈਂਦਿਆਂ ਰੰਗੇ ਹਤੀ ਕਾਬੂ ਕਰ ਲਿਆ ਤੇ ਜਸਤੇ 마ਸੀਬੜਾ ਪੁਲਿਸ ਨੇ ਕਾਨੂੰਗੂ ਨੂੰ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ ਵਿਧਾਇਕ ਦਿਆਲਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਿਹਰਬਾਨ ਮਾਸੀ ਰਣਮੇਂਦਰ ਸਿੰਘ ਨੇ ਉਹਨਾਂ ਧੰਬੇ ਚ ਲਿਆਂਦਾ ਹੈ ਕਿ ਉਸਦੀ ਜ਼ਮੀਨ ਪਿੰਡ ਉਦੂਵਾਲ ਵਿਖਿਆ ਤੇ ਜਿਸ ਦੀ ਤਕਸੀਮ ਤੇ ਦਖਲ ਬਰੰਡ ਦੇ ਲਈ ਮਾਚੀ ਬੜਾ ਦਾ ਕਾਨੂੰਗੂ ਉਸ ਕੋਲੋਂ 40000 ਰੁਪਏ ਦੀ ਰੈਸ਼ਬਤ ਮੰਗਿਆ ਤੇ ਜਸਤੇ ਸੌਦਾ 25000 ਰੁਪਏ ਵਿੱਚ ਤੈਅ ਹੋ ਗਿਆ ਤੇ ਕਾਨੂੰਗੂ ਨੇ ਉਸ ਕੋਲੋਂ 10000 ਰੁਪਏ ਰੈਸ਼ਬਤ ਪਹਿਲਾ ਲੈ ਲਈ ਤੇ ਅੱਜ ਜਦੋਂ 15000 ਰੁਪਏ ਰੈਸ਼ਬਤ ਬਕਾਇਆ ਰਾਸ਼ੀ ਦਿੱਤੀ ਜਾਣੀ ਸੀ ਤਾਂ ਉਸ ਦੇ 5-500 ਦੇ ਨੋਟਾਂ ਦੀ ਉਹਨਾਂ ਦੇ ਵੱਲੋਂ ਫੋਟੋ ਸਟੇਟ ਕਰਵਾ ਕੇ ਰੱਖ ਲਈਏ ਤੇ ਵਿਧਾਇਕ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਰਵਿੰਦਰ ਸਿੰਘ ਅੱਜ ਮਾਸੀਬਾੜਾ ਸਬ ਤਹਿਸੀਲ ਦੇ ਵਿੱਚ ਕਾਨੂੰਗੁਰੂ ਬਾਕੀ ਰਹੀੰਦੀ 15000 ਰੁਪਏ ਦੀ ਰੈਸ਼ਵਾਤ ਦੇ ਦਿੱਤੀ ਅਤੇ ਜਿਸ ਤੋਂ ਬਾਅਦ ਤੁਰੰਤ ਉਹ ਮੌਕੇ ਤੇ ਪਹੁੰਚੇ ਤੇ ਜਿਨ੍ਹਾਂ ਦੇ ਵੱਲੋਂ ਕਾਨੂੰਗੂ ਦੀ ਜੇਬ ਦੇ ਵਿੱਚੋਂ 15000 ਰੁਪਏ ਦੀ ਰੈਸ਼ਵਾਤ ਦੇ ਲਈ ਰਾਸ਼ੀ ਬਰਾਮਦ ਕੀਤੀ ਗਈ ਪੁਲਿਸ ਦੀ ਭਾਰਤੀ ਦੇ ਲਈ ਸਖਲਾਈ ਸ਼ੁਰੂ ਜਾਣੋ ਕੈਂਪ ਦੇ ਵਿੱਚ ਹਾਜ਼ਰ ਹੋਣ ਦਾ ਸਮਾਂ ਤਾ ਦੋਸਤੋ ਸੀ ਪਾਈਪਰ ਕੈਂਪਰ ਨੰਗਲ ਦੇ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰਾ ਤਹਿਸੀਲ ਗਣਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਹਿਸੀਲ ਬਲਾਚੌਰ ਨਵਾਂ ਸ਼ਹਿਰ ਦੇ ਯੋਪਕੰਦ ਲਈ ਭਵਿਕ ਦੇ ਵਿੱਚ ਹੋਣ ਵਾਲੀ ਪੰਜਾਬ ਪੁਲਿਸ ਦੀ ਭਾਰਤੀ ਦੇ ਲਈ ਮੁਫਤ ਸਕਲਾਈ ਕੈਂਪਸ ਸ਼ੁਰੂ ਕੀਤਾ ਜਾ ਰਿਹਾ ਹੈ। ਅਪਰੋਧਕ ਜ਼ਿਲ੍ਹਾ ਦੇ ਨਾਲ ਸੰਬੰਧਿਤ ਚਾਹਵਾਨ ਨੌਜਵਾਨ ਟ੍ਰਾਇਲ ਵਾਸਤੇ 23 ਅਤੇ 24 ਜੂਨ ਨੂੰ ਸਵੇਰੇ 9 ਵਜੇ ਤੱਕ ਆਪਣੇ ਦਸਤਾਵੇਜ਼ ਲੈ ਕੇ ਕੈਂਪ ਦੇ ਵਿੱਚ ਹਾਜ਼ਰ ਹੋ ਸਕਦੇ ਹਨ। ਪੁਲਿਸ ਦੀ ਭਾਰਤੀ ਦੇ ਲਈ ਉਮਰ 18 ਤੋਂ 25 ਸਾਲ ਦਾ ਦ 5 ਫੁੱਟ 7 ਇੰਚ ਅਤੇ ਵਿਦਿਅਕ ਯੋਗਤਾ 12ਵੀਂ ਪਾਸ ਹੋਣੀ ਲਾਜ਼ਮੀ ਹੈ ਤੇ ਉਹਨਾਂ ਦੱਸਿਆ ਹੈ ਕਿ ਐਸਸੀ ਅਤੇ ਬੀਸੀ ਜੋਬਕਾਂ ਨੂੰ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਉਮਰ ਦੇ ਵਿੱਚ ਸ਼ੂਟ ਹੋਵੇਗੀ ਕੈਂਪ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਦੱਸਿਆ ਹੈ ਕਿ ਕੈਂਪ ਦੇ ਵਿੱਚ ਸਿਖਲਾਈ ਦੇ ਦੌਰਾਨ ਨੌਜਵਾਨਾਂ ਨੂੰ ਰਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ ਤੇ ਉਹਨਾਂ ਨੇ ਕਹਿ ਕੇ ਹੋਰ ਜਾਣਕਾਰੀ ਦੇ ਲਈ ਸੀ ਪਾਈਪ ਕੈਂਪ ਨੰਗਲ ਮਾਰਫਤ ਸ਼ਿਵਾਲਿਕਾ ਕਾਲਜ ਮੂਜਬਾਲਾ ਨਮਾ ਨੰਗਲ ਮੋਬਾਈਲ ਨੰਬਰ 7814216362987748770 ਤੇ ਸੰਪਰਕ ਕੀਤਾ ਜਾ ਸਕਦਾ ਹੈ